ਹਾਂਜੀ ਬਾਈ, ਕੀ ਨਾਂ ਤੁਹਾਡਾ? ਰਾਮ ਸਿੰਘ ਜੀ। ਕਿਹੜੇ ਪਿੰਡ ਦੇ ਰਹਿਣਾ ਨੇ? ਬੋਨਾ ਜੀ। ਇੱਕ ਨੌਜਵਾਨ ਦੀ ਮੌਤ ਹੋਈ ਆ, ਕਿਸ ਤਰ੍ਹਾਂ ਹੋਈ ਆ? ਪਤਾ ਲੱਗਿਆ ਤੁਹਾਡਾ ਸਾਥੀ ਸੀ ਨਾਲ ਹੀ ਹੁੰਦੇ ਤੁਹਾਡੇ? ਨਹੀਂ, ਨਾਲ ਨਹੀਂ ਹੁੰਦਾ ਸੀਗਾ ਜੀ, ਉਹ ਘਰਾਂ 'ਚੋਂ ਆ ਅਤੇ ਵਿੱਚ ਕਹਿੰਦੇ ਜੀ ਟੀਕਾ ਲਾ ਕੇ ਮੌਤ ਹੋਈ ਜੀ। ਕਿੱਥੋਂ ਮਿਲੀ ਲਾਸ਼? ਲਾਸ਼ ਉਹਦੀ ਮਿਲੀ ਜੀ ਮੋਟਰ ਤੋਂ ਮਿਲੀ। ਅੱਛਾ, ਉੱਥੇ ਲਾਇਆ ਟੀਕਾ ਜੀ? ਉੱਥੇ ਹੀ ਲਾਇਆ ਹੋਣਾ ਜੀ, ਜਿੱਥੋਂ ਮਿਲਿਆ ਫਿਰ ਉੱਥੋਂ ਮਿਲੀ ਲਾਸ਼, ਜਿੱਥੋਂ ਲਾਸ਼ ਮਿਲੀ ਉੱਥੇ ਟੀਕਾ ਲਾਇਆ ਹੋਣਾ, ਤਾਂ ਹੀ ਮਿਲੀ ਉੱਥੋਂ। ਕਿਹੜਾ ਨਸ਼ਾ ਕਰਦਾ ਜੀ? ਚਿੱਟਾ ਹੀ ਪੀਂਦੇ ਜੀ। ਕਰਦੇ ਨਸ਼ਾ ਕੋਈ? ਮੈਂ ਹੀ ਕਰਦਾ ਨਸ਼ਾ, ਪਰੇਗੇ ਪਰੂਗੇ ਖਾਣੇ, ਜੀਭ ਵਾਲੀ ਗੋਲੀ ਖਾਣੇ। ਅੱਛਾ, ਕਿੰਨੇ ਚਿਰ ਤੋਂ? ਹੋ ਗਏ 10-12 ਸਾਲ ਹੋ ਗਏ। ਲੱਗਦਾ ਨਹੀਂ ਕਿ ਜਿਹੜੇ ਨਸ਼ੇ ਆ ਮਾੜੇ ਆ ਸਿਹਤ ਲਈ? ਮਾੜੇ ਹੈਗੇ ਆ ਜੀ, ਹੁਣ ਕੀ ਕਰ ਸਕਦੇ, ਮਜਬੂਰ ਆ ਜੀ, ਛੱਡਣ ਦੀ ਕੋਸ਼ਿਸ਼ ਕਰਦੇ ਹਾਂ ਬਹੁਤ, ਪਰ ਨਹੀਂ ਨਿਕਲ ਜਾਂਦਾ ਦਲਦਲ 'ਚ। ਅੱਜ ਦੁੱਖ ਨਹੀਂ ਹੁੰਦਾ ਕਿ ਇੱਕ ਮੁੰਡਾ ਤੁਹਾਡੇ ਨਾਲ? ਬਹੁਤ ਔਖ ਹੁੰਦਾ ਜੀ, ਘਰਾਂ 'ਚੋਂ ਮੁੰਡਾ, ਚਾਚੇ ਤਾਇਆਂ ਦੇ ਮੁੰਡਾ ਸੀਗਾ, ਇਹ ਨਹੀਂ ਗੱਲ ਵੀ ਦੋ ਦੂਰੋਂ ਸੀਗਾ, ਘਰਾਂ 'ਚ ਜੀ ਮੁੰਡਾ, ਬਹੁਤ ਔਖ ਹੁੰਦਾ। ਕਿੰਨੇ ਚਿਰ ਤੋਂ ਕਰਦਾ ਜੀ? ਉਹਨੂੰ ਹੁਣ ਕਹਿ ਨਹੀਂ ਸਕਦੇ, ਕਹੋ ਬਾਹਰ ਕੰਮ ਧੰਦਾ ਕਰਦਾ ਸੀਗਾ, ਕੰਮ ਕੁੰਮ ਵੀ ਵਧੀਆ ਕਰਦਾ ਸੀ, ਇਹ ਨਹੀਂ ਵਿਹਲਾ ਰਹਿੰਦਾ ਸੀਗਾ, ਟੀਕਾ ਟੂਕਾ ਲਾ ਲੈਂਦਾ, ਟੀਕਾ ਟੂਕਾ ਲਾਉਂਦਾ ਸੀ।